ਹਵਰਾ ਦੇ ਵੱਲ ਵਧੀਏ ਹਜ਼ਚਿੰਗ ਦੀ ਜੋ ਇਜ਼ਰਾਈਲ ਤੇ ਲੈਬਨਨ ਦੇ ਦਰਮਿਆਨ ਆ ਉਥੇ ਕੰਮ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਆ ਕੱਲ ਇਜ਼ਰਾਈਲ ਦੇ ਦੁਆਰਾ ਕਈ ਜਿਹੜੇ ਹਮਲੇ ਆ ਹਜ਼ਬੁੱਲਾ ਦੇ ਕਿਨੇ ਟਿਕਾਣਿਆਂ ਦੇ ਉੱਤੇ ਕੀਤੇ ਗਏ ਲੈਬਨਨ ਦੇ ਵਿੱਚ ਸੈਂਕੜੇ ਲੋਕਾਂ ਦੀ ਉੱਥੇ ਮੌਤ ਹੋਈ ਆ ਇਜ਼ਰਾਈਲ ਹੁਣ ਇਹ ਦਾਅਵਾ ਕਰ ਰਿਹਾ ਵੀ ਉਹਨਾਂ ਨੇ ਹਜ਼ਬੁੱਲਾ ਦਾ ਜਿਹੜਾ ਇੱਕ ਹੋਰ ਕਮਾਂਡਰ ਆ ਬੇਰੂਟ ਦੇ ਵਿੱਚ ਉਸ ਨੂੰ 에ਅ ਸਟ੍ਰਾਈਕ ਦੇ ਨਾਲ ਮਾਰ ਦਿੱਤਾ ਆ ਲੈਬਨੀਜ਼ ਹੈਲਥ ਮਿਨਿਸਟਰੀ ਕਹਿ ਰਹੀ ਆ ਵੀ 6 ਜਾਣੇ ਇਸ ਹਮਲੇ ਦੇ ਵਿੱਚ ਕੁੱਲ ਮਰੀਆ ਬੇਰੂਟ ਦੇ ਜਿਹੜੇ ਸਬਰਬਸ ਦੇ ਵਿੱਚ ਹਜ਼ਬੁੱਲਾ ਦਾ ਜਿਹੜਾ ਕਮਾਂਡਰ ਰਹਿ ਗਿਆ ਸੀ ਉੱਥੇ ਹਮਲਾ ਕਿ ਤੈਬ ਇਬਰਾਹਿਮ ਕੁਬੈਸੀ ਜਿਹੜੇ ਕਹਿੰਦੇ ਵੀ 에어 ਸਟ੍ਰਾਈਕ ਦੇ ਵਿੱਚ ਇਸ ਦੀ ਇਹਨਾਂ ਨੇ ਇਸ ਨੂੰ ਜਿਹੜਾ ਉਹ ਮਾਰ ਦਿੱਤਾ ਹੈਗਾ ਸੋ ਹਜ਼ਬੁੱਲਾ ਦੀਆਂ ਮਜ਼ਾਈਦ ਤੇ ਰਾਕਟ ਫੋਰਸ ਦਾ ਇਹ ਕਮਾਂਡਰ ਦੱਸਿਆ ਜਾਂਦਾ ਸੀ ਦੋ ਸਕਿਉਰਿਟੀ ਫੋਰਸਸ ਸੋਰਸਸ ਨੇ ਜਿਹੜੀਆਂ ਲਿਬਨਨ ਤੋਂ ਇਹ ਦੱਸਿਆ ਸੀਗਾ ਵੀ ਇਹ ਲੀਡਿੰਗ ਫਿਗਰ ਸੀਗਾ ਇਹ ਮੋਰ ਚੱਲਦਾ ਸੀਗਾ ਇਹ ਇਰਾਨ ਦੇ ਦੁਆਰਾ ਜਿਸ ਨੂੰ ਬੈਕਿੰਗ ਹੈਗੀ ਹੈ ਹਜ਼ਬੁੱਲਾ ਨੂੰ ਉਹਨਾਂ ਦੇ ਜਿਹੜੇ ਇਸ ਰਾਕਟ ਡਿਵੀਜ਼ਨ ਦੇ ਵਿੱਚ ਸੋ ਗਾਜ਼ਾ ਤੋਂ ਬਾਅਦ ਦੇ ਵਿੱਚ ਜਿੱਥੇ ਕਈ ਹਜ਼ਾਰ ਕਈ 40 50 ਹਜ਼ਾਰ ਲੋਕਾਂ ਦੇ ਜਿਹੜੇ ਮਰਨ ਤੋਂ ਬਾਅਦ ਦੇ ਵਿੱਚ ਹੁਣ ਹਜ਼ਬੁੱਲਾ ਦੇ ਟਿਕਾਣਿਆਂ ਦੇ ਉੱਤੇ ਜੋ ਕਿ ਲੈਬਨਾਨ ਦੇ ਵਿੱਚ ਪੈਂਦਾ ਆ ਉੱਥੇ ਇਜ਼ਰਾਈਲ ਨੇ ਆਪਣਾ ਜਿਹੜਾ ਫੋਕਸ ਆ ਉਸ ਪਾਸੇ ਨੂੰ ਕਰ ਦਿੱਤਾ ਆ ਤੇ ਉਧਰ ਜਿਹੜੇ ਲਗਾਤਾਰ ਹਮਲੇ ਜਿਹੜੇ ਉਹ ਸ਼ੁਰੂ ਕੀਤੇ ਆ ਪ੍ਰਾਈਮ ਮਿਨਿਸਟਰ ਜਿਹੜਾ ਬੈਂਜਾਮਿਨ ਨੇਤਨੀਆਹੁਆ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਲਗਾਤਾਰ ਹਜ਼ਬੁੱਲਾ ਦੇ ਟਿਕਾਣਿਆਂ ਦੇ ਉੱਤੇ ਜਿਹੜਾ ਟਾਰਗੇਟ ਉਹ ਕਰਦਾ ਰਹੂਗਾ ਤੇ ਨਾਲ ਹੀ ਉਹਨੇ ਅਪੀਲ ਕੀਤੀ ਲੈਬਨਨ ਦੇ ਰਹਿਣ ਵਾਲੇ ਨਿਵਾਸੀਆਂ ਨੂੰ ਵੀ ਤੁਸੀਂ ਸੁਰੱਖਿਤ ਥਾਵਾਂ ਦੇ ਉੱਤੇ ਇੱਥੋਂ ਚਲੇ ਜਾਓ ਜਿਹੜੇ ਕੀ ਹਜ਼ਬੁੱਲਾ ਦੇ ਲੀਡਰ ਹਸਨ ਨਸਰੱਲਾ ਜਿਹੜਾ ਆ ਉਹਦੇ ਇਲਾਕਿਆਂ ਦੇ ਵਿੱਚ ਰਹਿੰਦੇ ਆ ਵੀ ਤੁਸੀਂ ਉੱਥੋਂ ਨਿਕਲ ਜਾਓ ਨਹੀਂ ਤਾਂ ਮਜ਼ਾਇਲ ਜਿਹੜੀ ਉਹ ਤੁਹਾਡੇ ਆਕੇ ਵੀ ਜਿਹੜੀ ਉਹ ਡਿੱਗ ਸਕਦੀ ਆ ਆ ਖੇਨੇ ਵੀ ਜਿਹਦੇ ਜਿਹਦੇ ਕੋਲ ਵੀ ਮਜ਼ਾਈ ਲ ਆ ਉਹ ਉਹਨੂੰ ਬਾਅਦ ਦੇ ਵਿੱਚ ਉਸ ਦਾ ਘਰ ਜਿਹੜਾ ਹੋ ਨਹੀਂ ਮਿਲੇਗਾ ਨਿਤਨੇਉ ਨੇ ਇੱਕ ਗੁਪਤ ਥਾਂ ਤੋਂ ਅਨਡਿਸਕਲੋਜ਼ਡ ਲੋਕੇਸ਼ਨ ਤੋਂ ਆਰਮੀ ਦੇ ਬੇਸ ਦੇ ਉੱਤੇ ਜਾ ਕੇ ਜਿਹੜਾ ਇਹ ਬਿਆਨ ਦਿੱਤਾ ਹੈਗਾ ਆ ਇਜ਼ਰਾਈਲ ਦੇ ਦੁਆਰਾ ਜਿਹੜਾ ਬੇਰੂਤ ਦਾ ਇਹ ਇਲਾਕਾ ਜੋ ਹਜ਼ਬੁੱਲਾ ਦੇ ਦੁਆਰਾ ਕੰਟਰੋਲ ਕੀਤਾ ਜਾਂਦਾ ਆ ਦੂਜੇ ਦਿਨ ਲਗਾਤਾਰ ਇੱਥੇ ਇਹਨਾਂ ਨੇ ਜਿਹੜੀਆਂ ਇਹ ਸਟ੍ਰਾਈਕਸ ਆ ਉਹ ਸ਼ੁਰੂ ਕੀਤੀਆਂ ਯਾਦ ਹੋਣਾ ਅਜੋ ਸਿੰਘ ਜੀ ਵੀ ਈਰਾਨ ਦੇ ਵਿੱਚ ਹਮਾਸ ਦੇ ਜਿਹੜੇ ਲੀਡਰ ਨੂੰ ਮਾਰਨ ਤੋਂ ਬਾਅਦ ਦੇ ਵਿੱਚ ਈਰਾਨ ਤੇ ਈਰਾਨ ਬੈਕ ਜਿਹੜਾ ਇੱਕ ਗਰੁੱਪ ਹਜ਼ਬੁੱਲਾ ਉਸ ਤੇ ਦੁਆਰਾ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ ਗਈਆਂ ਸੀ ਇਸ ਤੋਂ ਪਹਿਲਾਂ ਇਹ ਪੂਰੀ ਆ ਜਿਹੜੀ ਫੁੱਲ ਫਲੈਸ਼ਡ ਵਾਰ ਜਿਹੜੀ ਆ ਉਹ ਵੱਧ ਜਵੇ ਉਸ ਤੋਂ ਪਹਿਲਾਂ ਹੀ ਹੁਣ ਇਜ਼ਰਾਈਲ ਨੇ ਹਜ਼ਬੁੱਲਾ ਦੇ ਇਲਾਕਿਆਂ ਦੇ ਵਿੱਚ ਇਦਾਂ ਦੇ ਜਿਹੜੇ ਹਮਲੇ ਆ ਉਹ ਸ਼ੁਰੂ ਕਰ ਦਿੱਤੇ ਹੈਗੇ ਆ ਸੋ ਕੱਲ ਸੋਮਵਾਰ ਨੂੰ ਜਿਹੜੇ ਹੋਏ ਹਮਲਿਆਂ 'ਚ 500 ਤੇ 58 ਲੋਕਾਂ ਦੀ ਮੌਤ ਹੋਈ ਸੀ ਅੱਜ ਮੰਗਲਵਾਰ ਨੂੰ ਹੁਣ ਤੱਕ 15 6 ਜਾਨੇ ਜਿਹੜੇ ਆ ਉਹ ਮਰ ਚੁੱਕੇ ਆ ਤੇ 15 ਜਿਹੜੇ ਉਹ ਜ਼ਖਮੀ ਹੋਏ ਆ ਕੱਲ ਮਰਨ ਵਾਲਿਆਂ ਦੇ ਵਿੱਚ 50 ਬੱਚੇ ਤੇ 94 ਜਿਹੜੀਆਂ ਉਹ ਔਰਤਾਂ ਜਿਹੜੀਆਂ ਉਹਨਾਂ ਦਾ ਉਹ ਸ਼ਾਮਲ ਸਨ ਤੇ ਕੁੱਲ 1835 ਜਾਨੇ ਇਸ ਦੇ ਵਿੱਚ ਜਿਹੜੇ ਜ਼ਖਮੀ ਜਿਹੜੇ ਹੋਏ ਆ ਸੋ ਇਧਰ ਵੀ ਲੱਗ ਰਿਹਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਆ ਹੁਣ ਹੋਰ ਲੜਾਈ ਵੱਲ ਨੂੰ ਜਿਹੜਾ ਉਹ ਅੱਗੇ ਵਧ ਰਿਹਾ ਆ ਉਹ ਤੇ ਡਿਪਲੋਮੇਸੀ ਦੀ ਘਾਲ ਤਾਂ ਜ਼ਰੂਰ ਆ ਰਹੀ ਆ ਬਿਲੇਬਨਨ ਦੇ ਵਿੱਚ ਇਹ ਮਸਲਾ ਹੋਰ ਅੱਗੇ ਨਾ ਵਧੇ ਯੂਨ ਹਿਊਮਨ ਰਾਈਟ ਦੇ ਜਿਹੜੇ ਚੀਫ ਨੇ ਵੋਲਕਰ ਟਰਕ ਉਹ ਸਾਰੇ ਹੀ ਸਟੇਟਸ ਨੂੰ ਬੇਨਤੀ ਕਰ ਰਹੇ ਆ ਵੀ ਭਾਈ ਇਹ ਫੁੱਲ ਐਸਕੇਲੇਸ਼ਨ ਹੋਣ ਤੋਂ ਪਹਿਲਾਂ ਪਹਿਲਾਂ ਇਸ ਨੂੰ ਰੋਕ ਰਿਆ ਜਾਵੇ ਜੇਐਕ 11 ਜੋ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਨੇ ਐਮਐਸਐਨਬੀਸੀ ਨਾਲ ਗੱਲ ਕਰਦੇ ਹੋਏ ਕਿਹਾ ਵੀ ਉਹ ਡੀਐਸਕੇਲੇਸ਼ਨ ਆ ਵੱਲ ਨੂੰ ਜਿਹੜਾ ਉਹ ਸੋਚਦੇ ਆ ਵੀ ਉਹ ਰਾਹ ਅੱਗੇ ਬਣ ਸਕਦਾ ਆ ਉਧਰ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਕੇਅਰ ਸਟਾਰਮਰ ਉਹਨਾਂ ਨੇ ਕਿਹਾ ਵੀ ਸਾਰੀਆਂ ਪਾਰਟੀਆਂ ਨੂੰ ਇੱਕ ਇੱਕ ਕਦਮ ਜਿਹੜਾ ਉਹ ਪਿੱਛੇ ਜਿਹੜਾ ਹੋ ਖਿੱਚ ਲੈਣਾ ਜਿਹੜਾ ਉਹ ਚਾਹੀਦਾ ਆ ਇਹ ਸਾਰਾ ਕੁਝ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਹੋ ਰਿਹਾ ਆ ਜਦੋਂ ਯੂਐਸ ਦੇ ਵਿੱਚ ਯੂਨ ਦੀ ਜਿਹੜੀ ਜਨਰਲ ਅਸੈਂਬਲੀ ਆ ਉਹ ਚੱਲ ਰਹੀ ਜੀ ਅਗਲੀ ਖਬਰ ਵੱਲ ਚਲੀਏ ਹੁਣ ਤੋਂ ਕੁਛ ਮਿੰਟ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਯੂਨ ਦੇ ਵਿੱਚ ਅਡਰੈਸ ਕੀਤਾ ਹੈ ਯੂਨ ਦੀ ਜਨਰਲ ਅਸੈਂਬਲੀ ਨੂੰ ਨਿਊਯਾਰਕ ਦੇ ਵਿੱਚ ਇਹ ਉਹਨਾਂ ਦਾ ਆਖਰੀ ਸਪੀਚ ਹੈਗਾ ਐਜ਼ ਅ ਪ੍ਰੈਜ਼ੀਡੈਂਟ ਤੇ ਉਹਨਾਂ ਨੇ ਸਪੀਚ ਦੇ ਵਿੱਚ ਇਹ ਕਿਹਾ ਹੈ ਕਿ ਜਿਹੜਾ ਰਸ਼ੀਆ ਦਾ ਪ੍ਰੈਜ਼ੀਡੈਂਟ ਪੂਟਨ ਆ ਉਹ ਜੰਗ ਨੂੰ ਹਾਰ ਗਿਆ ਹੈਗਾ ਤੇ ਅਸੀਂ ਪੂਰੀ ਤਰ੍ਹਾਂ ਜਿਹੜੀ ਯੂਕਰੇਨ ਦੇ ਵਿੱਚ ਯੂਕਰੇਨ ਮੁਲਕ ਨੂੰ ਸਪੋਰਟ ਕਰਾਂਗੇ ਪ੍ਰੈਜ਼ੀਡੈਂਟ ਵਾਈਡਨ ਹੋਣਾ ਨੇ ਕਿਹਾ ਕਿ ਪੂਟਨ ਦੀ ਜਿਹੜੀ ਵਾਰ ਆ ਉਹ ਫੇਲ ਹੋ ਚੁੱਕੀ ਆ ਕਿਉਂਕਿ ਉਸ ਨੇ ਯੁਕਰੇਨ ਨੂੰ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ ਸੀ ਯੁਕਰੇਨ ਅੱਜ ਦੀ ਡੇਟ ਦੇ ਵਿੱਚ ਵੀ ਫ੍ਰੀ ਹੈਗਾ ਆ ਅਤੇ ਪੂਰੀ ਤਰ੍ਹਾਂ ਜਿਹੜਾ ਆ ਫਾਈਟ ਦੇ ਰਿਹਾ ਹੈਗਾ ਤੇ ਨਾਲ ਦੀ ਨਾਲ ਜਿਹੜਾ ਨਾਟੋ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਸੀਗੀ ਸੋ ਉਹਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਸੀ ਪਰ ਨਾਟੋ ਜੋ ਆ ਉਹ bigger stronger ਤੇ more united than ever ਆ ਅ ਤੇ ਸਾਡੇ ਬਲਕੇ ਕਹਿੰਦੇ ਇਹ ਨਹੀਂ ਹੈ ਵੀ ਅਸੀਂ ਨਾਟੋ ਜਿਹੜੇ ਮੁਲਕਾ ਉਹ ਉਹਨਾਂ ਦੀ ਪੂਰੀ ਯੂਨੀਅਨ ਵੱਡੀ ਹੋਈ ਆ ਤਕੜੀ ਹੋਈ ਆ ਇਕੱਠੀ ਹੋਈ ਆ ਇਸ ਤੋਂ ਬਿਨਾ ਦੋ ਹੋਰ ਮੈਂਬਰ ਵੀ ਸਾਡੇ ਜਿਹੜੇ ਨਾਟੋ ਦੇ ਵਿੱਚ ਜੁਆਇਨ ਕਰ ਗਏ ਆ ਇੱਕ ਫਿਨਲੈਂਡ ਤੇ ਇੱਕ ਸਵੀਡਨ ਤੇ ਹੁਣ ਅਸੀਂ ਜਿਹੜਾ ਆ ਯੂਕਰੇਨ ਨੂੰ ਇੱਥੇ ਨਹੀਂ ਛੱਡ ਸਕਦੇ ਤੇ ਹੁਣ ਦੁਨੀਆ ਦੇ ਕੋਲ ਇੱਕ ਹੋਰ ਚੁਆਇਸ ਹੈਗੀ ਆ ਵੀ ਪੂਰੀ ਤਰ੍ਹਾਂ ਯੂਕਰੇਨ ਨੂੰ ਦੀ ਸਪੋਰਟ ਕੀਤੀ ਜਾਵੇ ਤਾਂ ਕਿ ਉਹ ਆਪਣੀ ਆਜ਼ਾਦੀ ਨੂੰ ਪ੍ਰੀਜ਼ਰਵ ਕਰ ਸਕਣ ਰੱਖ ਸਕਣ ਤੇ ਤਾਂ ਕਿ ਜੋ ਅਗਰੈਸ਼ਨ ਕੀਤਾ ਗਿਆ ਸੀ ਉਸ ਨੂੰ ਜਿਹੜਾ ਆ ਢੋਕਮਾ ਜਿਹੜਾ ਜਵਾਬ ਆ ਉਹ ਦਿੱਤਾ ਜਾ ਸਕੇ ਸੋ ਉਹ ਕਹਿੰਦੇ ਵੀ ਹੁਣ ਸਾਡੇ ਲਈ ਮੌਕਾ ਨਹੀਂ ਵੀ ਅਸੀਂ ਆਲਾ ਦੋਲਾ ਦੇਖੀਏ ਪੂਰੀ ਤਰ੍ਹਾਂ ਜਿਹੜਾ ਆ ਉਹ ਯੂਕਰੇਨ ਦੀ ਸਪੋਰਟ ਕਰੀਏ ਤੇ ਇਹ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਯੂਨ ਨੂੰ ਐਜ਼ ਅ ਪ੍ਰੈਜ਼ੀਡੈਂਟ ਉਹਨਾਂ ਦਾ ਲਾਸਟ ਭਾਸ਼ਣ ਸੀਗਾ ਯੂਨ ਸਕورٹی ਕੌਂਸਲ ਅੱਜਕੱਲ ਉਹਥੇ ਸਾਰੇ ਮੁਲਕਾਂ ਦੇ ਜਿਹੜੇ ਲੀਡਰਸ ਆ ਉਹ ਆਏ ਹੋਏ ਆ ਤੇ ਅੱਜ ਕੁਝ ਮਿੰਟ ਪਹਿਲਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਉੱਥੇ ਬੋਲੇ ਹੈਗੇ ਹੂੰ ਜੀ ਬਿਲਕੁਲ ਉਧਰ ਉਹਨਾਂ ਨੇ ਕਿਹਾ ਵੀ ਸਟੈਂਪ ਢਿਲੇ ਪੈਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ ਅ ਤੇ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਆ ਉਸ ਟਾਈਮ ਦੇ ਉੱਤੇ ਉੱਥੇ ਦੇਖ ਰਹੇ ਸੀਗੇ ਤੇ ਕਿੰਨੇ ਵੀ ਅਸੀਂ ਆਪਣੀ ਜਿਹੜੀ ਯੂਕਰੇਨ ਨੂੰ ਸਪੋਰਟ ਆ ਉਸ ਨੂੰ ਘਟਾ ਨਹੀਂ ਸਕਤੇ ਜਿੰਨੀ ਦੇਰ ਤੱਕ ਯੂਕਰੇਨ ਪੂਰੀ ਤਰ੍ਹਾਂ ਜਿਹੜਾ ਉਹ ਜਿੱਤ ਨਹੀਂ ਜਾਂਦਾ ਤੇ ਉੱਥੇ ਜਿਹੜੀ ਆ ਸ਼ਾਂਤੀ ਉਸ ਇਲਾਕੇ 'ਚ ਨਹੀਂ ਬਣ ਜਾਂਦੀ ਉਧਰ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਬੋਲਣ ਤੋਂ ਪਹਿਲਾਂ ਤੁਰਕੀ ਦਾ ਜਿਹੜਾ ਪ੍ਰੈਜ਼ੀਡੈਂਟ ਰੈਸੇਪ ਤੈਪ ਔਰਦੋਗਨ ਉਹ ਭਾਸ਼ਣ ਦੇ ਕੇ ਗਿਆ ਜਿਸ ਦੇ ਵਿੱਚ ਉਸਨੇ ਅਮਰੀਕਾ ਦੇ ਉੱਤੇ ਜਿਹੜੇ ਉਹ ਦੋਸ਼ ਲਾਏ ਕਿ ਨੇ ਵੀ ਉਹ ਇਜ਼ਰਾਈਲ ਨੂੰ ਹਥਿਆਰ ਮੁਹੱਈਆ ਕਰਾ ਰਿਹਾ ਆ ਤੇ ਉਹ ਲਗਾਤਾਰ ਉੱਥੇ ਕਤਲਿਆ ਮੈਸੇਕਰ ਜਿਹੜਾ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਕਰ ਰਿਹਾ ਹੈਗਾ ਆ 터ਕੀ ਉਹਦਾ ਦੱਸੇ ਜਾਈਏ ਇਹ ਇਹਨਾਂ ਦਾ ਸਾਥੀ ਨਾਟੋ ਦਾ ਮੈਂਬਰ ਹੈਗਾ ਆ ਤੇ ਕਹਿੰਦੇ ਵੀ ਇਸ ਟਾਈਮ ਆਪਾਂ ਕਿੰਨੀ ਦੇਰ ਤੱਕ ਅੱਖਾਂ ਬੰਦ ਕਰਕੇ ਜਾਂ ਅੱਖਾਂ ਦੇ ਸਾਹਮਣੇ ਇਹ ਜੋ ਕਤਲੇਆਮ ਚੱਲ ਰਿਹਾ ਆ ਉਸ ਨੂੰ ਦੇਖਦੇ ਜਿਹੜਾ ਉਹ ਰਵਾਂਗੇ ਕਹਿੰਦੇ ਵੀ ਬਹੁਤ ਵੱਡਾ ਮੋਰਲ ਕੋਲਾਪਸ ਇਸ ਟਾਈਮ ਆਪਣੇ ਸਾਹਮਣੇ ਦੁਨੀਆ ਦੇ ਵਿੱਚ ਆਪਾਂ ਦੇਖ ਰਹੇ ਆ ਜਿੱਥੇ ਮੁਲਕ ਇਜ਼ਰਾਈਲ ਨੂੰ ਆਪਣੇ ਦੁਆਰਾ ਜੋ ਓਪਨਲੀ ਮੈਸਕਰ ਕਮਿਟ ਕਰ ਰਿਹਾ ਆ ਕਤਲੇਆਮ ਕਰ ਰਿਹਾ ਆ ਉਸ ਨੂੰ ਕੁਝ ਵੀ ਜਿਹੜਾ ਉਹ ਨਹੀਂ ਕਹਿ ਰਹੇ ਹੈਗੇ ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ ਸੋ ਆ ਦੇਖੋ ਕੀ ਬਣਦਾ ਹੈ ਅਜਰ ਸਿੰਘ ਜੀ ਪਰ ਯੂਨ ਦੇ ਵਿੱਚ ਹਰ ਇੱਕ ਮੁਲਕ ਦੇ ਜਿਹੜੇ ਲੀਡਰ ਆ ਉਹ ਆਉਂਦੇ ਆ ਆਪੋ ਆਪਣਾ ਭਾਸ਼ਣ ਦੇ ਕੇ ਜਿਹੜਾ ਉਹ ਚਲੇ ਜਾਂਦੇ ਆ ਇਵੈਂਚੁਅਲੀ ਗੱਲਾਂ ਕਰਦੇ ਆ ਵੀ ਆਪਾਂ ਆ ਕਰਾਂਗੇ ਉਹ ਕਰਾਂਗੇ ਪਰ ਇਸ ਵੀ ਯੂਨ ਦੇ ਕੋਈ ਇੰਨਾ ਲੱਗਦਾ ਵੀ ਬਾੜੇ ਜਿਆਦਾ ਦੰਦ ਤਿੱਖੇ ਅਜੇ ਨਹੀਂ ਹੋਏ ਜਿਹਦਾ ਕੀ ਖਾਸ ਕਰਕੇ ਸਟਰੋਂਗ ਮੁਲਕਾਂ ਨੂੰ ਜਾਂ ਤਗੜੇ ਮੁਲਕਾਂ ਨੂੰ ਆ ਜਿਹੜਾ ਉਹ ਚੈੱਕ ਦੇ ਵਿੱਚ ਜਿਹੜਾ ਉਹ ਲੈ ਸਕਣ ਸੋ ਪਰ ਪ੍ਰੈਜ਼ੀਡੈਂਟ ਵਾਈਜ਼ਨ ਨੇ ਅਖੀਰਲੀ ਉਹ ਜਿਹੜਾ ਐਜ਼ ਅ ਪ੍ਰੈਜ਼ੀਡੈਂਟ ਜਿਹੜਾ ਯੂਨ ਦੇ ਵਿੱਚ ਭਾਸ਼ਣ ਜਿਹੜਾ ਉਹ ਦਿੱਤਾ ਹੈ ਹੈ ਜੀ ਅ ਇਸ ਤੋਂ ਬਿਨਾ ਉਹਨਾਂ ਨੇ ਇਹ ਵੀ ਦੱਸਿਆ ਪਈ ਉਹ ਕੁਇਟ ਕਿਉਂ ਕਰ ਗਏ ਸੈਕੰਡ ਟਰਮ ਐਜ਼ ਅ ਪ੍ਰੈਜ਼ੀਡੈਂਟ ਕਹਿੰਦੇ ਪਈ ਗਰਮੀਆਂ ਦੇ ਵਿੱਚ ਇਸ ਸਮਰ ਦੇ ਵਿੱਚ ਮੈਨੂੰ ਇੱਕ ਡਿਸੀਜਨ ਬਣਾਉਣਾ ਪਿਆ ਵੀ ਮੈਂ ਐਜ਼ ਅ ਸੈਕੰਡ ਟਰਮ ਪ੍ਰੈਜ਼ੀਡੈਂਟ ਰਨ ਕਰਾਂ ਜਾਂ ਨਾ ਪਈ ਇੱਕ ਬਹੁਤ ਵੱਡਾ ਡਿਫਿਕਲਟ ਡਿਸੀਜਨ ਸੀਗਾ ਤੇ ਮੈਂ ਕਹਿੰਦੇ 50 ਸਾਲ ਜੌਬ ਕੀਤੀ ਹੈਗੀ ਆ ਪਬਲਿਕ ਸਰਵਿਸ ਦੀ ਅ ਤੇ ਹੁਣ ਮੈਂ ਚਾਹੁੰਦਾ ਸੀ ਵੀ ਨਵੀਂ ਜਨਰੇਸ਼ਨ ਨੂੰ ਜਿਹੜੀ ਲੀਡਰਸ਼ਿਪ ਆ ਉਹ ਦਿੱਤੀ ਜਾਵੇ ਤੇ ਉਹਨਾਂ ਨੇ ਇਹ ਕਿਹਾ ਵੀ ਮੇਰੇ ਜਿਹੜੇ ਫੈਲੋ ਲੀਡਰਸ ਆ ਉਹਨਾਂ ਦੇ ਲਈ ਮੇਰਾ ਮੈਸੇਜ ਹੈਗਾ ਵੀ ਕਦੇ ਵੀ ਭੁੱਲੋ ਨਾ ਵੀ ਪਾਵਰ ਵਿੱਚੋਂ ਰਹਿਣ ਨਾਲੋਂ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਜਿਹੜੀ ਵੇਸ਼ਾ ਉਸ ਨੂੰ ਛੋੜਨਾ ਚਾਹੀਦਾ ਹੈਗਾ ਜਦੋਂ ਹੀ ਪ੍ਰੈਜ਼ੀਡੈਂਟ ਵਾਈਡਨ ਉਹਨਾਂ ਦਾ ਭਾਸ਼ਣ ਖਤਮ ਹੋਇਆ ਉਸ ਤੋਂ ਬਾਅਦ ਕੁਝ ਮਿੰਟਾਂ ਬਾਅਦ ਹੀ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਕੈਂਪੇਨ ਟੀਮ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਉਹਨਾਂ ਨੇ ਇਹ ਕਿਹਾ ਪਈ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਦੌਰਾਨ ਈਰਾਨ ਬੜਾ ਕਮਜ਼ੋਰ ਸੀ ਆਈਐਸਐਸ ਨੂੰ ਐਲੀਮੀਨੇਟ ਕਰ ਦਿੱਤਾ ਗਿਆ ਸੀ ਹਮਾਸ ਨੂੰ ਕੱਟ ਆਫ ਕਰ ਦਿੱਤਾ ਗਿਆ ਸੀ ਤੇ ਹਿਸਟੋਰਿਕ ਪੀਸ ਜਿਹੜਾ ਚੱਲ ਰਹੀ ਸੀ ਮਿਡਲ ਈਸਟ ਦੇ ਵਿੱਚ ਰਸ਼ੀਆ ਕੰਟਰੋਲ ਦੇ ਅੰਡਰ ਸੀ ਤੇ ਕੋਈ ਵੀ ਯੂਐਸ ਦਾ ਜਿਹੜਾ ਸਰਵਿਸ ਮੈਂਬਰ ਆ ਉਹ 18 ਮਹੀਨਿਆਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਨਹੀਂ ਉਹਦੀ ਮੌਤ ਹੋਈ ਸੀ ਉਹ ਕਹਿੰਦੇ ਵੀ ਜੇ ਕਮਲਾ ਹੈਰਿਸ ਦੀ ਪ੍ਰੈਜ਼ੀਡੈਂਸੀ ਆਈ ਤੇ ਵਰਲਡ ਵਾਰ 3 ਸਰਟਨਲੀ ਇਹ ਹੋਊਗੀ ਇਹ ਜਿਹੜੀ ਪ੍ਰੈਜ਼ੀਡੈਂਟ 트ੰਪ ਉਹਨਾਂ ਦੀ ਜੋ ਕੈਂਪੇਨ ਟੀਮ ਆ ਉਹਨਾਂ ਨੇ ਬਾਈਡਨ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਆਪਣੀ ਸਟੇਟਮੈਂਟ ਜਿਹੜੀ ਆ ਉਹ ਹੋ ਜਾਰੀ ਕੀਤੀ ਹੈਗੀ ਆ ਅ ਇਸ ਤੋਂ ਬਿਨਾ ਪ੍ਰੈਜ਼ੀਡੈਂਟ ਵਾਈਡਨ ਹੋਣਾ ਨੇ ਯੂਕਰੇਨ ਤੋਂ ਬਿਨਾ ਸੂਡਾਨ ਦੇ ਵਿੱਚ ਜਿਹੜੀ ਸਿਵਲ ਵਾਰ ਲੱਗੀ ਹੋਈ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਕਿ ਜਿਹੜੇ ਜਨਰਲਸ ਉੱਥੇ ਹੈਗੇ ਆ ਜਿਹੜਾ ਧੱਕਾ ਕਰ ਰਿਹਾ ਆ ਉਹਨਾਂ ਨੂੰ ਵੀ ਸਾਨੂੰ ਇਮੀਡੀਏਟਲੀ ਸਟਾਪ ਕਰਨਾ ਚਾਹੀਦਾ ਹੈਗਾ ਆ ਤੇ ਯੂਨਾਈਟਿਡ ਅਰਬ ਏਮੀਰੇਟਸ ਨੇ ਕਹਿੰਦੇ ਪਈ ਵੈਪਨਸ ਦਿੱਤੇ ਹੈਗੇ ਆ ਉਸ ਏਰੀਆ ਦੇ ਵਿੱਚ ਜਿਹੜੇ ਲੋਕਾਂ ਨੂੰ ਜੋ ਸੂਡਾਨ ਦੀ ਆਰਮੀ ਦੇ ਨਾਲ ਫਾਈਟ ਕਰ ਰਿਹਾ ਹੈਗੇ ਆ ਅ ਸੋ ਗਾਜ਼ਾ ਹੀ ਨਹੀਂ ਕੱਲਾ ਕਹਿੰਦੇ ਕਨਫਲਿਕਟ ਚੱਲ ਰਿਹਾ ਸੂਡਾਨ ਦੇ ਵਿੱਚ ਵੀ ਬਲੱਡੀ ਜਿਹੜੀ ਸਿਵਲ ਵਾਰ ਆ ਉਹੋ ਚੱਲ ਰਹੀ ਹੈਗੀ ਆ ਇਹ ਉਹਦੇ ਬਾਰੇ ਵੀ ਜਿਹੜਾ ਉਹਨਾਂ ਨੇ ਡਿਸਕਸ ਕੀਤਾ ਇਸ ਤੋਂ ਬਿਨਾ ਲਿਬਨਨ ਦੇ ਸਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਿਹਾ ਵੀ ਫੁੱਲ ਸਕੇਲ ਵਾਰ ਇਜ਼ ਨਾਟ ਇਨ ਐਨੀਵਨਸ ਇੰਟਰਸਟ ਪਰ ਜੇ ਉੱਥੇ ਪੂਰੀ ਤਰ੍ਹਾਂ ਜੰਗ ਲੱਗਦੀ ਆ ਉਹ ਕਿਸੇ ਦੇ ਵੀ ਲਈ ਫਾਇਦੇਮੰਦ ਨਹੀਂ ਹੋਵੇ ਤੇ ਉਹਨਾਂ ਨੇ ਇਹ ਕਿਹਾ ਵੀ ਹੁਣ ਦੋਨਾਂ ਪਾਰਟੀਆਂ ਨੂੰ ਆਪਣੀਆਂ ਟਰਮਸ ਫਾਈਨਲਾਈਜ਼ ਕਰਨੀਆਂ ਚਾਹੀਦੀਆਂ ਤੇ ਆਪਣੇ ਜਿਹੜੇ ਹੋਸਟੇਜ ਆ ਉਹ ਵਾਪਸ ਜਾਣੇ ਚਾਹੀਦੇ ਹੈਗੇ ਆ ਤੇ ਜਿਹੜੀ ਲੜਾਈ ਆ ਉਹ ਬੰਦ ਹੋਣੀ ਚਾਹੀਦੀ ਆ ਹਾਲਾਂਕਿ ਦੂਸਰੇ ਪਾਸੇ ਕੱਲ ਜਿਹੜੇ ਆ ਅਮਰੀਕਨ ਫੌਜੀ ਉੱਥੇ ਭੇਜੇ ਗਏ ਹੈਗੇ ਆ ਪੇ ਲੜਾਈ ਵੱਧ ਸਕਦੀ ਹੈਗੀ ਆ ਇਸ ਤੋਂ ਬਿਨਾਂ 40000 ਦੇ ਕਰੀਬ ਅਮਰੀਕਨ ਜਿਹੜੇ ਫੌਜੀ ਆ ਉਹ ਇਸ ਵੇਲੇ ਮਿਡਲ ਈਸਟ ਦੇ ਵਿੱਚ ਹੈਗੇ ਆ ਆ ਇਹ ਸਾਰਾ ਕੁਝ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਆ ਆਪਣਾ ਜਿਹੜਾ ਭਾਸ਼ਣ ਆ ਉਹਦੇ ਦੌਰਾਨ ਦੱਸਿਆ ਉਹਨਾਂ ਨੇ ਇਹ ਕਿਹਾ ਆ ਪੇ ਮੈਂ ਬਹੁਤ ਲੰਮੀ ਹਿਸਟਰੀ ਦੇਖੀ ਹੈਗੀ ਆ ਆਪਣੀ ਉਮਰ ਦੇ ਦੌਰਾਨ ਆ ਕਹਿੰਦੇ ਵੀ ਪਹਿਲੀ ਵਾਰੀ ਮੈਂ 1972 ਚ ਇਲੈਕਟ ਹੋਇਆ ਸੀ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ 52 ਸਾਲ ਹੋ ਗਏ ਤੇ ਕਹਿੰਦੇ ਵੀ ਮੈਨੂੰ ਹੁਣ ਲੱਗਦਾ ਵੀ ਮੈਂ ਸਿਰਫ 40 ਸਾਲਾਂ ਦਾ ਹੀ ਆ ਇਹ ਉਹ ਦੁਆਲ ਜਿਹੜਾ ਪ੍ਰੈਜ਼ੀਡੈਂਟ ਦਾ ਜਿਹੜਾ ਕਾਫੀ ਹਾਸਾ ਵੀ ਉਸ ਏਰੀਆ ਦੇ ਵਿੱਚ ਪਿਆ ਜਦੋਂ ਸਾਰੇ ਲੋਕ ਸੁਣਦੇ ਸੀ ਹੂੰ ਚੇਤਾ ਬੋਲ ਗਿਆ ਉਹਨਾਂ ਨੂੰ ਮਰਦਾ ਮੈਨੂੰ ਇਦਾਂ ਲੱਗਦਾ ਉਹਦਾ ਉਹਦਾ